11 ਤਰੀਕ ਨੂੰ ਵੱਡੇ ਪੱਧਰ 'ਤੇ ਮੋਗੇ ਦੇ ਵਿੱਚੋਂ ਮਤਲਬ ਆਪਣੀਆਂ ਜੋ ਬੱਸਾਂ ਆਪਣੀਆਂ ਗੱਡੀਆਂ ਲੈ ਕੇ ਜਾਣੀਆਂ ਤਾਂ ਜੋ ਅਸੀਂ ਇੱਕ ਸਫਲ ਜਿਹੜੀ ਅਸੀਂ ਰੈਲੀ ਕਰ ਸਕੀਏ। ਦੇਖੋ ਜੀ, ਆਲ ਇੰਡੀਆ ਦੇ ਪ੍ਰਧਾਨ ਆ ਰਹੇ ਨੇ, ਇਹ ਕੋਈ ਇਕੱਲੇ ਬੰਦੇ ਦੀ ਰੈਲੀ ਨਹੀਂ ਕਾਂਗਰਸ ਦੀ, ਨਾ ਮੇਰੀ ਹੈ, ਨਾ ਕਿਸੇ ਹੋਰ ਦੀ, ਨਾ ਲੋਹਗੜ੍ਹ ਸਾਹਿਬ ਦੀ ਹੈ। ਆਲ ਇੰਡੀਆ ਦੇ ਪ੍ਰਧਾਨ ਨੇ ਆਉਣਾ, ਹਾਥੀ 'ਚ ਪੈਰ 'ਚ ਸਾਰਾ ਕੁਛ ਆਉਂਦਾ, ਉਹਨਾਂ ਨੂੰ ਆਉਣਾ ਚਾਹੀਦਾ। 11 ਤਰੀਕ ਨੂੰ ਅਸੀਂ ਪਿਛਲੇ ਸਮੇਂ 'ਚ ਅਸੀਂ ਮਤਲਬ ਰਾਏ ਕਰਦੇ ਸੀ ਵੀ ਇੱਕ ਵੱਡੀ ਕਾਨਫਰੰਸ ਕੀਤੀ ਜਾਵੇ, ਫਿਰ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਨੇ 11 ਤਰੀਕ ਤੈਅ ਕਰਕੇ ਉੱਪਰਲੀ ਹਾਈ ਕਮਾਂਡ ਨਾਲ ਸਮਰਾਲਾ ਵਿਖੇ ਅਸੀਂ ਕਰਨ ਜਾ ਰਹੇ ਹਾਂ। ਇਸ ਕਨਵੈਨਸ਼ਨ ਦੇ ਵਿੱਚ ਸਾਡੇ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਮਲਕਾਰ ਖਾੜੇ ਜੀ ਵੱਲੋਂ ਕੀਤੀ ਜਾਊਗੀ। ਇਹਦੇ ਵਿੱਚ ਅਸੀਂ ਵਧਾਈ ਦੇਣਾ ਚਾਹੁੰਦੇ ਹਾਂ ਸਾਡੇ ਪ੍ਰਧਾਨ ਸਾਹਿਬ ਨੂੰ, ਜਿਨ੍ਹਾਂ ਨੇ ਅਣਥੱਕ ਮਿਹਨਤ ਸਦਕਾ ਉਹਨਾਂ ਨੇ ਇਹ ਢਾਂਚਾ ਖੜ੍ਹਾ ਕੀਤਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ 2 ਸਾਲਾਂ ਵਿੱਚ ਹੀ ਇਹ ਟੀਚਾ ਪੂਰਾ ਕਰ ਲਿਆ। ਪੰਜਾਬ ਦੇ ਵਿੱਚ 21 ਦੇ ਵਰਕਰ ਅਹੁਦੇਦਾਰ ਨੂੰ ਮਿਲਣ ਲਈ ਪਹੁੰਚ ਰਹੇ ਨੇ, ਜਿਹੜੇ ਸਾਡੇ ਪ੍ਰਧਾਨ ਨੇ, ਜਿਹੜੇ ਆਲ ਇੰਡੀਆ ਪ੍ਰਧਾਨ ਹੈ। ਉਸ ਇਸ ਜਿਹੜੀ ਕਾਨਫਰੰਸ ਅਸੀਂ ਕਰਨ ਜਾ ਰਹੇ ਹਾਂ, ਤਕਰੀਬਨ ਅਸੀਂ ਅੱਡੋ ਅੱਡ ਬਲਾਕਾਂ ਦੇ ਵਿੱਚੋਂ ਜਿਵੇਂ ਕਿਸੇ ਨੂੰ ਪ੍ਰੋਬਲਮ ਹੈ ਜਾਂ ਕੋਈ ਬੰਦੇ ਦੀ ਮੇਨ ਅਹਿਮ ਬਲਾਕ ਪ੍ਰਧਾਨ ਤੱਕ ਗੱਲ ਹੈ, ਉਹਨੂੰ ਆਪਣੇ ਬਲਾਕ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਜਾਂ ਕਿਤੇ ਵੀ ਕੋਈ ਪ੍ਰੋਬਲਮ ਨਜ਼ਰ ਆਉਂਦੀ ਹੈ ਜਿਹੜੀ ਕਿ ਅੱਜ ਤੱਕ ਕਿਤੇ ਨਹੀਂ, ਉਹ ਸਾਡੇ ਆਲ ਇੰਡੀਆ ਦੇ ਪ੍ਰਧਾਨ ਨੂੰ ਮਿਲ ਸਕੂਗਾ, ਉਹਨੂੰ ਬਕਾਇਦਾ ਟਾਈਮ ਦਿੱਤਾ ਜਾਊਗਾ। ਇਸ ਨਾਲ ਪੰਜਾਬ ਕਾਂਗਰਸ ਨੂੰ ਜ਼ਮੀਨੀ ਪੱਧਰ ਉੱਤੇ ਵੱਡਾ ਬਲ ਮਿਲੇਗਾ ਅਤੇ ਵਰਕਰਾਂ ਦੀ ਹੌਸਲਾ ਅਫਜਾਈ ਹੋਊਗੀ। ਲੋਕ ਸਭਾ ਬਿਲਕੁਲ ਨੇੜੇ ਆਈਆਂ, ਜਿਹੜੇ ਇਹੋ ਜਿਹੇ ਫੈਸਲੇ ਆ ਜਿਵੇਂ ਆਮ ਤੌਰ 'ਤੇ ਪਹਿਲਾਂ ਕਿਹਾ ਜਾਂਦਾ ਸੀ ਵੀ ਤੁਸੀਂ ਉੱਪਰ ਉੱਪਰ ਮੀਟਿੰਗਾਂ ਕਰ ਲੈਂਦੇ ਆ, ਥੱਲੇ ਬਲਾਕ ਪੱਧਰ 'ਤੇ ਨਹੀਂ ਪਤਾ ਲੱਗਦਾ, ਨਾ ਉਹਨਾਂ ਨੂੰ ਕੁਛ ਹੁੰਦਾ। ਇਹ ਐਤਕੀ ਜਿਹੜੀ ਸਾਰੀ ਮਿਹਨਤ ਕੀਤੀ ਹੈ, ਜਿੰਨਾ ਵੀ ਇਹ ਢਾਂਚਾ ਖੜ੍ਹਾ ਕੀਤਾ, ਇਸ ਦੇ ਨਾਲ ਸਾਡੇ ਇਕੱਲੇ ਇਕੱਲਾ ਜਿਹੜਾ ਇੱਕ ਵੋਟਰ ਆ ਕਾਂਗਰਸ ਦਾ, ਉਹਨੂੰ ਵੀ ਬਹੁਤ ਜ਼ਿਆਦਾ ਇਸ ਗੱਲ ਦਾ ਵਿੱਚ ਉਹਨੂੰ ਹੌਸਲਾ ਹੋਊ। ਅਸੀਂ 11 ਤਰੀਕ ਨੂੰ ਫੋਕਸ ਕੀਤਾ ਗਿਆ, ਜਿਹੜੇ ਵੀ ਵੱਧ ਤੋਂ ਵੱਧ ਸਾਡੇ ਸਾਰੇ ਹੀ ਸਤਿਕਾਰਯੋਗ ਸੀਨੀਅਰ ਲੀਡਰ ਬੈਠੀ ਹੈ ਮੋਗੇ ਦੀ, ਇਹਨਾਂ ਨੂੰ ਇਹੀ ਬੇਨਤੀ ਹੈ ਵੀ ਜਿਵੇਂ ਜਿਵੇਂ ਹਾਈ ਕਮਾਂਡ ਵੱਲੋਂ ਤੁਹਾਨੂੰ ਉੱਥੇ ਮੀਟਿੰਗ ਲਈ ਗਈ ਸੀ ਪ੍ਰਧਾਨ ਸਾਹਿਬ ਵੱਲੋਂ, ਮੈਂ ਤਾਂ ਬੇਨਤੀ ਕਰਨਾ, ਮੈਨੂੰ ਡਿਊਟੀ ਲੱਗੀ ਸੀ ਵੀ ਤੁਸੀਂ ਜਾ ਕੇ ਮੋਗੇ 'ਚ ਇੱਕ ਵਾਰੀ ਫਿਰ ਜਾ ਕੇ ਤੁਸੀਂ ਮੀਟਿੰਗ ਕਰਕੇ ਅਤੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਜਾਵੇ ਵੀ 11 ਤਰੀਕ ਨੂੰ ਵੱਡੇ ਪੱਧਰ 'ਤੇ ਮੋਗੇ ਦੇ ਵਿੱਚੋਂ ਮਤਲਬ ਆਪਣੀਆਂ ਜੋ ਬੱਸਾਂ ਆਪਣੀਆਂ ਗੱਡੀਆਂ ਲੈ ਕੇ ਜਾਣੀਆਂ ਤਾਂ ਜੋ ਅਸੀਂ ਇੱਕ ਸਫਲ ਜਿਹੜੀ ਅਸੀਂ ਰੈਲੀ ਕਰ ਸਕੀਏ। ਇਹ ਗੱਲ ਹਾਈ ਕਮਾਂਡ ਦੇ ਵਿੱਚ ਹੈ, ਇਹ ਅੱਗੇ ਵੀ ਆਮ ਗੱਲਾਂ ਨਿਤੀ ਹੁੰਦੀਆਂ ਚੱਲ ਰਹੀ ਹੈ, ਉਹ ਹਾਈ ਕਮਾਂਡ ਦੇ ਅਸੀਂ ਇੱਥੇ ਉਹਨਾਂ ਬਾਰੇ ਕੁਛ ਦੱਸ ਨਹੀਂ ਸਕਦੇ ਨਾ ਕਹਿ ਸਕਦੇ ਹਾਂ, ਜੋ ਉੱਪਰ ਹੁਕਮ ਆਉਣਗੇ ਉਹ ਸਿਰ ਮੱਥੇ ਮੰਨਿਆ ਜਾਊਗਾ। ਦੇਖੋ ਜੀ, ਆਲ ਇੰਡੀਆ ਦੇ ਪ੍ਰਧਾਨ ਆ ਰਹੇ ਨੇ, ਇਹ ਕੋਈ ਇਕੱਲੇ ਬੰਦੇ ਦੀ ਰੈਲੀ ਨਹੀਂ ਕਾਂਗਰਸ ਦੀ, ਨਾ ਮੇਰੀ ਹੈ, ਨਾ ਕਿਸੇ ਹੋਰ ਦੀ, ਨਾ ਲੋਹਗੜ੍ਹ ਸਾਹਿਬ ਦੀ ਹੈ। ਆਲ ਇੰਡੀਆ ਦੇ ਪ੍ਰਧਾਨ ਨੇ ਆਉਣਾ, ਹਾਥੀ 'ਚ ਪੈਰ 'ਚ ਸਾਰਾ ਕੁਛ ਆਉਂਦਾ, ਉਹਨਾਂ ਨੂੰ ਆਉਣਾ ਚਾਹੀਦਾ, ਹੁੰਮ ਹੁਮਾ ਕੇ ਉਸ ਰੈਲੀ ਨੂੰ ਕਾਮਯਾਬ ਕਰੀਏ। ਇਹ ਛੋਟੀਆਂ ਮੋਟੀਆਂ ਜਿਹੜੀਆਂ ਪਰਿਵਾਰ ਦੀਆਂ ਗੱਲਾਂ, ਉਹਨੂੰ ਛੱਡਣਾ ਚਾਹੀਦਾ।